ਹੈਲੋ ਹਾਂਜੀ ਫਰੈਂਡ, ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤਾਂ ਨੂੰ ਜੋ ਵੀ ਆਪਣਾ ਯੂਟਿਊਬ ਚੈਨਲ ਫਸਟ ਟਾਈਮ ਦੇਖ ਰਹੇ ਨੇ। ਅਤੇ ਆਹ ਗੱਡੀ ਆਪਣੇ ਕੋਲ ਆਈ ਸੀਗੀ MP ਤੋਂ, ਬਾਲਾਘਾਟ ਤੋਂ, ਅਤੇ ਅੱਜ ਗੱਡੀ ਰੈਡੀ ਹੋ ਚੁੱਕੀ ਹੈ ਜੀ, ਫੁੱਲ ਬਟਾ ਫੁੱਲ ਵਰਕ ਕੰਪਲੀਟ ਹੋ ਚੁੱਕਿਆ ਹੈਗਾ, ਫੁੱਲ ਰੀਸਟੋਰ ਕਰਕੇ ਦਿੱਤੀ ਆਪਾਂ ਨੇ। ਇਹ ਗੱਡੀ ਸੇਲ ਵਾਸਤੇ ਹੈ ਨਹੀਂ ਗੀ, ਠੀਕ ਹੈ ਜੀ। ਅਤੇ ਰੌਕੀ ਬੀਚ ਮਟੈਲੇ ਕਲਰ ਕੀਤਾ ਆਪਾਂ ਨੇ, ਬਾਕੀ ਬੰਪਰ ਇੰਸਟਾਲ ਕੀਤਾ ਫਰੰਟ ਤੇ ਮੈਟਲ ਦਾ, ਤੇ ਸਾਰੇ ਰਬੜ ਕੋਟਿੰਗ ਕੀਤੀ ਆ, ਏਸੀ ਦੀ ਵੀ ਸਾਰੇ ਰਬੜ ਕੋਟਿੰਗ ਹੋਈ ਹੋਈ ਆ, ਠੀਕ ਹੈ ਜੀ। ਤੇ ਬਾਕੀ ਆਪਾਂ ਨੇ ਇੰਡੀਕੇਟਰ ਇਹਦੇ ਕਵਰਿੰਗ ਕਰਤੀ, ਇੰਡੀਕੇਟਰਾਂ ਦੀ 215/75 MRP ਦਾ ਟਾਇਰ ਯੂਜ ਕੀਤਾ ਸਟੀਲ ਵੀਲ ਦੇ ਨਾਲ। ਸਾਈਡ ਵਿਊ ਹੈ ਇਹਦਾ, ਇਹ ਸਾਰੀ ਓਰੀਜਨਲ ਰੱਖੀ ਆਪਣੇ, ਕੋਈ ਯਾਦ ਹੈ ਚ ਆਪਣੇ ਕੋਈ ਮੋਡੀਫਿਕੇਸ਼ਨ ਨਹੀਂ ਕੀਤੀ। ਅੰਦਰ ਦੀ ਸੀਟਾਂ ਦੀ ਗੱਲ ਕਰੀਏ ਤਾਂ ਬਲੈਕ ਲੈਦਰ ਸੀਟਾਂ, ਬਾਕੀ ਸੀਟਾਂ ਆਪਾਂ ਨੇ, ਠੀਕ ਹੈ ਜੀ। ਤੇ ਬੈਕ ਸਾਈਡ ਦੀ ਗੱਲ ਕਰੀਏ ਜੀ ਆਪਾਂ ਤਾਂ ਸੈਂਟਰ ਸੀਟ ਫਿੱਟ ਕੀਤੀ ਇਹਦੇ ਆਪਣੇ, ਤੇ ਛੱਤ ਆਪਾਂ ਨੇ ਸਾਰੀ ਪੋਸ਼ਿੰਗ ਕਰਤੀ ਹੈ ਜੀ ਇਹ ਸਾਰੀ ਗੱਡੀ ਦੀ, ਠੀਕ ਹੈ ਜੀ। ਬਾਕੀ ਪਿੱਤਲ ਦੀ ਪੱਤੀ ਸਾਈਡ ਤੇ। ਬੈਕ ਸਾਈਡ ਦੇ ਵਿਊ ਦੀ ਗੱਲ ਕਰੀਏ ਤਾਂ ਆਪਾਂ ਨੇ ਬੈਕ ਸਾਈਡ ਤੇ ਇਹਦੇ LED ਲਾਈਟਾਂ, ਜਿੱਦਾਂ ਕਸਟਮਰ ਦੀ ਚੋਇਸ ਸੀ ਉਹੀ ਆਪਾਂ ਨੇ LED ਲਾਈਟਾਂ ਫਿੱਟ ਕਰਤੀਆਂ, ਹੁੱਕ ਪਲੇਟ ਟਰਾਲੀ ਵਗੈਰਾ ਟੋ ਕਰਨ ਵਾਸਤੇ। ਤੇ ਬਾਕੀ ਜਿਵੇਂ ਓਰੀਜਨਲ ਸਲੈਂਸਰ ਆਉਂਦਾ ਸੀ ਆਪਾਂ ਨੇ ਉਹੀ ਕਲਰ ਸੇਮ ਉਦਾਂ ਹੀ ਰੱਖਿਆ ਹੋਇਆ ਹੈਗਾ। ਰਾਈਟ ਸਾਈਡ ਦਾ ਵਿਊ ਹੈ ਜੀ ਇਹਦਾ, ਇਹ ਬੋਰਡ ਚੱਕੀ। ਬਾਕੀ ਤੁਹਾਨੂੰ ਹੁਣ ਇੰਜਣ ਦਾ ਵਿਊ ਵੀ ਦਿਖਾਵਾਂਗੇ। ਇੰਡੀਕੇਟਰ ਆਪਾਂ ਨੇ ਕਵਰ ਕਰਤੇ ਨੇ ਜਿੱਦਾਂ ਕਸਟਮਰ ਨੇ ਆਖਿਆ ਸੀ ਆਪਾਂ ਨੂੰ ਦੋਨੇ ਸਾਡਿਆਂ ਤੋਂ। ਬੌਂਡ ਤੇ ਆਪਣੇ ਡੰਪਿੰਗ ਯੂਜ ਕੀਤੀ ਆ, ਅੰਦਰ ਨਹੀਂ ਲਾਈ, ਜਿੱਦਾਂ ਓਰੀਜਨਲ ਹੋਣੀ ਸੀ ਉਦਾਂ ਹੀ ਰੱਖੀ ਆ। ਬਾਕੀ ਆ ਇੰਜਣ ਦਾ ਵਿਊ ਇਹਦਾ ਜੀ, ਤੇ ਰਾਈਟਰ ਆਪਣੇ ਬ੍ਰੈਂਡ ਨਿਊ ਲਾਤਾ। ਬਾਕੀ ਕੋਈ ਵੀ ਦੋਸਤ ਮੇਰਾ ਗੱਡੀ ਮੋਡੀਫਾਈ ਕਰਾਉਣਾ ਚਾਹੁੰਦਾ ਆਪਣੇ ਨਾਲ ਕੰਟੈਕਟ ਕਰ ਸਕਦਾ ਗਾ। ਤੇ ਬਾਕੀ ਇਹ ਗੱਡੀ ਸੇਲ ਵਾਸਤੇ ਆ ਨਹੀਂ, ਇੱਕ ਵਾਰੀ ਫੇਰ ਦੱਸ ਦਿੰਦੇ ਫਿਰ, ਬਹੁਤ ਦੋਸਤਾਂ ਦੇ ਕਾਲ ਆਉਂਦੇ ਆ ਵੀ ਗੱਡੀ ਸੇਲ ਵਾਸਤੇ, ਨਹੀਂ ਜੀ ਸੇਲ ਵਾਸਤੇ ਹੈ ਨਹੀਂ, ਇਹ ਆਪਣੇ ਰੀਸਟੋਰ ਕਰਕੇ ਦਿੱਤੀ ਹੈ ਕਸਟਮਰ ਨੂੰ ਫੁੱਲ ਗੱਡੀ। ਬਾਕੀ ਚੰਗੀ ਲੱਗੀ ਤਾਂ ਵੀਡੀਓ ਲਾਈਕ ਕਰਿਓ ਅਤੇ ਸ਼ੇਅਰ ਕਰਿਓ ਵੱਧ ਤੋਂ ਵੱਧ, ਅਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਿਆ ਮਾਡਲ।